ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵਿਚਾਲੇ ਚੱਲ ਰਿਹਾ ਵਿਵਾਦ ਅਜੇ ਪੂਰੀ ਤਰ੍ਹਾਂ ਸ਼ਾਂਤ ਵੀ ਨਹੀਂ ਸੀ ਹੋਇਆ ਕਿ ਅੱਜ ਮੈਂਬਰ ਪਾਰਲੀਮੈਂਟ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਸਰਕਾਰ ਦੀਆਂ ਮੁਸ਼ਕਲਾਂ ਨੂੰ ਵਧਾਉਣ ਵਾਲਾ ਬਿਆਨ ਦਾਗ ਦਿੱਤਾ ਹੈ। ਚੰਡੀਗੜ੍ਹ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਖੰਡ ਮਿੱਲਾਂ ਸੁਚੱਜੇ ਢੰਗ ਨਾਲ ਚਲਾਉਣ ਦੇ ਪ੍ਰਬੰਧ ਕਰਨੇ ਚਾਹੀਦੇ ਨੇ। ਇਸ ਸੰਬੰਧੀ ਅਪੀਲ ਕਰਦਿਆਂ ਬਾਜਵਾ ਨੇ ਕਿਹਾ ਹੈ ਕਿ ਗੰਨਾ ਕਿਸਾਨਾਂ ਨੂੰ ਰਾਹਤ ਦੇਣ ਲਈ ਕੈਪਟਨ ਸਰਕਾਰ ਨੂੰ ਹਰਿਆਣਾ ਦੀ ਤਰਜ਼ ਉੱਤੇ ਫਸਲਾਂ ਦਾ ਭਾਅ ਦੇਣਾ ਚਾਹੀਦਾ ਹੈ। ਬਾਜਵਾ ਮੁਤਾਬਿਕ ਜੇਕਰ ਗੰਨਾ ਕਿਸਾਨਾਂ ਨੂੰ ਉਹਨਾਂ ਦੀ ਬਕਾਇਆ ਰਕਮ ਦੀ ਅਦਾਇਗੀ ਵਿਆਜ ਸਹਿਤ ਨਹੀਂ ਕੀਤੀ ਗਈ ਤਾਂ ਉਹ ਪ੍ਰਾਈਵੇਟ ਅਤੇ ਕੋਆਪਰੇਟਿਵ ਖੰਡ ਮਿੱਲਾਂ ਖਿਲਾਫ਼ ਹਾਈਕੋਰਟ 'ਚ ਰਿੱਟ ਦਾਖਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਇਹ ਸਾਡੇ ਜਿਹੜੇ ਦੁਆਬੇ ਦੇ ਅਤੇ ਮਾਝੇ ਦੇ ਬਹੁਤ ਸਾਰੇ ਏਰੀਆਜ਼ ਨੇ ਉਹਨਾਂ ਵਿੱਚ ਇੱਕ ਬਹੁਤ ਗੰਭੀਰ ਸਿਚੁਏਸ਼ਨ ਬਣੀ ਹੈ। ਅੱਜ ਸਮੁੱਚਾ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ ਇਹ ਸਾਰੀ ਬੈਲਟ ਦੇ ਵਿੱਚ ਕਿਸਾਨਾਂ ਨੇ ਵੱਡੇ ਪੈਮਾਨੇ 'ਤੇ ਜਾਮ ਲਗਾਇਆ। ਇਹ ਮਸਲਾ ਹੈ ਸ਼ੂਗਰ ਮਿੱਲਾਂ ਨਾਲ ਜੁੜਿਆ ਹੋਇਆ ਅਤੇ ਮੇਰੀ ਵਿਸ਼ੇਸ਼ ਅਪੀਲ ਅੱਜ ਗਵਰਨਮੈਂਟ ਆਫ ਪੰਜਾਬ ਕੋਲੋਂ ਅਤੇ ਚੀਫ ਮਿਨਿਸਟਰ ਪੰਜਾਬ ਨੂੰ ਇਹ ਹੈ ਕਿ ਵੇਖੋ, ਗਵਰਨਮੈਂਟ ਆਫ ਪੰਜਾਬ ਬੜੀ ਦੇਰ ਤੋਂ ਇਹ ਅਪੀਲ ਕਰਦੀ ਆਈ ਹੈ ਕਿਸਾਨਾਂ ਨੂੰ ਕਿ ਪੰਜਾਬ ਦੇ ਵਿੱਚ ਡਿਵਰਸੀਫਿਕੇਸ਼ਨ ਆਫ ਕਰੋਪਸ ਚਾਹੀਦੀ ਹੈ। ਸਾਨੂੰ ਝੋਨੇ ਨੂੰ ਅਤੇ ਕਣਕ ਨੂੰ ਛੱਡ ਕੇ ਕੋਈ ਹੋਰ ਫਸਲ ਬੀਜਣੀ ਚਾਹੀਦੀ ਅਤੇ ਇਹਨਾਂ ਦੀ ਇਸ ਅਪੀਲ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਡੇ ਏਰੀਏ ਦੇ ਦੁਆਬੇ ਦੇ ਅਤੇ ਮਾਝੇ ਦੇ ਬਹੁਤ ਸਾਰੇ ਜ਼ਿਮੀਦਾਰਾਂ ਨੂੰ ਝੋਨਾ ਅਤੇ ਕਣਕ ਛੱਡ ਕੇ ਜਿਹੜੀ ਕਮਾਦ ਦੀ ਫਸਲ ਸੀ, ਸ਼ੂਗਰ ਕੇਨ ਦੀ ਫਸਲ ਹੈ, ਇਹਨੂੰ ਅਪਣਾਇਆ। ਬਟ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਤਕਰੀਬਨ 200 ਕਰੋੜ ਰੁਪਈਆ ਕੋਆਪਰੇਟਿਵ ਮਿੱਲਾਂ ਦਾ ਅਤੇ 200 ਕਰੋੜ ਹੀ ਪ੍ਰਾਈਵੇਟ ਮਿੱਲਾਂ ਦਾ ਜੇ ਬਕਾਇਆ ਇੱਕ ਸਾਲ ਦਾ ਸਾਡੇ ਇਹਨਾਂ ਸਾਰੇ ਹਲਕਿਆਂ ਦੇ ਕਿਸਾਨਾਂ ਦਾ ਬਕਾਇਆ ਰਹਿੰਦਾ। ਅਸੀਂ ਉਹਨਾਂ ਦੇ ਨੁਮਾਇੰਦੇ ਹਾਂ, ਅਸੀਂ ਉਹਨਾਂ ਦੇ ਰਿਪ੍ਰੈਜੈਂਟੇਟਿਵ ਹਾਂ। ਅੱਜ ਅਸੀਂ ਜਿਸ ਵੀ ਪੋਜੀਸ਼ਨ 'ਚ ਹੈ ਹਾਂ, ਅੱਜ ਉਹਨਾਂ ਦੇ ਇਸ ਆਸ਼ੀਰਵਾਦ ਸਦਕਾ ਹੈ ਅਤੇ ਮੈਂ ਵਿਸ਼ੇਸ਼ ਤੌਰ ਗਵਰਨਮੈਂਟ ਆਫ ਪੰਜਾਬ ਨੂੰ ਅਪੀਲ ਕਰਾਂਗਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਦਫਾ 2/3 ਮਜੋਰਟੀ ਦੇ ਨਾਲ ਪੰਜਾਬ ਦੇ ਲੋਕਾਂ ਨੇ ਸਾਨੂੰ ਵੱਡਾ ਇੱਕ ਮੈਂਡੇਟ ਦੇ ਕੇ ਸਾਨੂੰ ਸਰਕਾਰ 'ਚ ਲੈ ਕੇ ਆਉਂਦਾ। ਮੇਰੀ ਅਪੀਲ ਹੈ ਕਿ ਇਮੀਜੀਏਟਲੀ ਸਾਰਿਆਂ ਨੂੰ ਪਹਿਲੇ ਨੰਬਰ 1 ਅਪੀਲ ਹੈ ਕਿ ਪਿਛਲੇ ਸਾਲ ਸਾਰੀ ਸ਼ੂਗਰ ਜਿਹੜੀ ਮਿੱਲਾਂ ਹੈ ਨੇ ਕੋਆਪਰੇਟਿਵ ਅਤੇ ਪ੍ਰਾਈਵੇਟ, ਇਹ ਨਵੰਬਰ ਦੇ ਪਹਿਲੇ ਹਫ਼ਤੇ ਚੱਲ ਪਈਆਂ ਸੀ। ਅੱਜ ਕੋਆਪਰੇਟਿਵ ਮਿੱਲਾਂ ਕੋਲ ਚੱਲੀਆਂ ਨੇ, ਪ੍ਰਾਈਵੇਟ ਮਿੱਲਾਂ ਜਿਹੜੀਆਂ ਨੇ ਅਜੇ ਤੱਕ ਬੰਦ ਨੇ, 1 ਮਹੀਨਾ ਹੋ ਚੁੱਕਿਆ। ਅਤੇ ਸਾਨੂੰ ਇਹ ਵੱਡਾ ਖਦਸ਼ਾ ਹੈ ਕਿ ਪ੍ਰਾਈਵੇਟ ਮਿੱਲਾਂ ਅਤੇ ਕੋਆਪਰੇਟਿਵ ਮਿੱਲਾਂ ਜਿੰਨਾ ਕਮਾਦ ਹੁਸ਼ਿਆਰਪੁਰ, ਜਲੰਧਰ, ਗੁਰਦਾਸਪੁਰ ਇਹ ਸਾਰੀ ਬੈਲਟ ਦਾ ਹੈ, ਇਹ ਆਪਣੇ ਸੀਜ਼ਨ ਵਿੱਚ ਪੀੜ ਨਹੀਂ ਸਕਣਗੇ। ਨੰਬਰ 1 ਚੀਜ਼ ਹੈ ਕਿ ਇਮੀਜੀਏਟਲੀ ਗਵਰਨਮੈਂਟ ਆਫ ਪੰਜਾਬ ਇੰਟਰਵੀਨ ਕਰੇ, ਮਿੱਲਾਂ ਨੂੰ ਚਲਵਾਏ। ਨੰਬਰ 2 ਇਹ ਹੈ ਕਿ ਸਾਰਿਆਂ ਨੂੰ ਪਹਿਲੇ ਰੇਟ ਜਿਹੜਾ ਹੈ, ਜਿਹੜੇ ਪਿਛਲੇ ਪੈਸੇ ਬਕਾਇਆ ਰਹਿੰਦੇ ਨੇ, ਸਾਰੇ ਕਿਸਾਨਾਂ ਨੂੰ ਦਿੱਤੇ ਜਾਣ। ਤੀਸਰੀ ਮੇਰੀ ਮੰਗ ਹੈ ਕਿ 310 ਰੁਪਏ ਦਾ ਰੇਟ ਜਿਹਨੂੰ SAP ਕਹੀਦਾ, ਉਹਨੂੰ ਕਹਿੰਦੇ ਨੇ ਸਟੇਟ ਐਗਰੀਡ ਪ੍ਰਾਈਸ, ਇਹ ਇੰਡੀਆ ਨੇ ਜਿਹੜਾ ਰੇਟ ਡਿਸਾਈਡ ਕੀਤਾ 275 ਰੁਪਏ, ਅਸੀਂ ਇਕੱਲੇ ਉਹਦੇ ਨਾਲ ਦੇਣੇ ਨੇ ਅਤੇ 35 ਰੁਪਏ ਜਿਹੜੇ ਬਕਾਇਆ ਨੇ ਉਹ ਗਵਰਨਮੈਂਟ ਆਫ ਪੰਜਾਬ ਦੇ ਸਨ। ਤਾਂ ਮੈਂ ਚਾਹੁੰਦਾ ਜਲਦੀ ਤੋਂ ਜਲਦੀ ਗਵਰਨਮੈਂਟ ਆਫ ਪੰਜਾਬ ਇੰਟਰਵੀਨ ਕਰੇ, 310 ਰੁਪਏ ਮਿਨੀਮਮ ਜਿਹੜਾ ਹੈ। ਮੇਰੀ ਤਾਂ ਵੈਸੇ ਮੰਗ ਹੈ ਕਿ ਹਰਿਆਣਾ ਦੇ ਨਾਲ ਇਹ ਮਿਲਦੀ ਹੋਈ ਪ੍ਰਾਈਸ ਦੇਣੀ ਚਾਹੀਦੀ। ਹਰਿਆਣੇ ਵਿੱਚ ਅੱਜ ਜ਼ਿਮੀਦਾਰ ਨੂੰ 330 ਰੁਪਏ ਮਿਲ ਰਹੇ, UP ਵਿੱਚ ਪ੍ਰਾਈਸ ਹੈ 320 ਰੁਪਏ ਪਰ ਕੁਇੰਟਲ, ਹਰਿਆਣਾ 'ਚ ਕੀਮਤ ਹੈ 330 ਰੁਪਏ, ਪੰਜਾਬ ਦੇ ਰਿਹਾ ਪਿਛਲੇ ਸਾਲ 310 ਰੁਪਏ।
ਅਤੇ ਕਿਸਾਨਾਂ ਨੂੰ ਅਖੀਰ ਮੇਰੀ ਮੰਗ ਇਹ ਹੈ ਕਿ ਇੱਕ ਸਾਲ ਕੋਪਰੇਟਿਵ ਮਿੱਲਾਂ ਨੇ ਅਤੇ ਪ੍ਰਾਈਵੇਟ ਮਿੱਲਾਂ ਨੇ ਕਿਸਾਨਾਂ ਦੇ ਪੈਸੇ ਜਿਹੜੇ ਵਰਤੇ ਨੇ ਉਹਨਾਂ ਨੂੰ ਪੇਮੈਂਟ ਦੇ ਨਾਲ ਨਾਲ ਬੈਂਕ ਇੰਟਰਸਟ ਵੀ ਜਿਹੜਾ ਹੈ ਸੂਦ ਜਿਹੜਾ ਹੈ ਬੈਂਕ ਰੇਟ 'ਤੇ ਉਹਨਾਂ ਨੂੰ ਦੇਣਾ ਚਾਹੀਦਾ। ਸਾਨੂੰ ਇਹ ਪੰਜਾਬ ਦੇ ਕਿਸਾਨਾਂ ਦੇ ਨਾਲ ਬਕਾਇਦਾ ਤੌਰ ਉਹਨਾਂ ਦਾ ਮਾਰਿਆ ਹੋਇਆ ਹੱਕ ਵਾਪਸ ਦੇਣ ਦੀ ਲੋੜ ਹੈ, ਉਹਨਾਂ ਦਾ ਜਸਟਿਸ ਕਰਨ ਦੀ ਲੋੜ ਹੈ। ਅਤੇ ਮੈਂ ਇਹ ਵੀ ਇੱਕ ਚੇਤਾਵਨੀ ਦੇਣਾ ਚਾਹੁੰਦਾ ਕਿ ਜੇ ਪ੍ਰਾਈਵੇਟ ਮਿੱਲਾਂ ਨੇ ਅਤੇ ਕੋਪਰੇਟਿਵ ਮਿਲਸ ਨੇ ਪੰਜਾਬ ਦੇ ਕਿਸਾਨਾਂ ਨੂੰ ਪਿਛਲੇ ਸਾਲ ਜਿੰਨੀ ਦੇਰ ਉਹਨਾਂ ਨੇ ਰਕਮ ਵਰਤੀ ਹੈ ਉਸ ਨੂੰ ਇੰਟਰਸਟ ਨਹੀਂ ਦਿੰਦੇ ਤਾਂ ਮੈਨੂੰ ਬੜੇ ਭਾਰੀ ਦਿਲ ਨਾਲ ਕਹਿਣਾ ਪੈਂਦਾ ਕਿ ਹੋ ਸਕਦਾ ਮੈਨੂੰ ਹਾਈਕੋਰਟ ਦੇ ਦਰਵਾਜ਼ੇ ਐਜ਼ ਏ ਮੈਂਬਰ ਆਫ ਪਾਰਲੀਮੈਂਟ, ਭਾਵੇਂ ਮੈਂ ਕਾਂਗਰਸ ਪਾਰਟੀ ਨਾਲ ਤੁਲਕ ਰੱਖਣਾ, ਕਾਂਗਰਸ ਦੀ ਨੁਮਾਇੰਦਗੀ ਕਰਨਾ, ਹੋ ਸਕਦਾ ਮੈਨੂੰ ਇਹਨਾਂ ਅਦਾਰਿਆਂ ਦੇ ਖਿਲਾਫ਼ ਹਾਈਕੋਰਟ ਦੇ ਦਰਵਾਜ਼ੇ ਖਟਖਟਾਉਣੇ ਪੈਣ ਪੰਜਾਬ ਦੇ ਕਿਸਾਨ ਨੂੰ ਪੰਜਾਬ ਦਾ ਉਹਦਾ ਪੂਰਾ ਹੱਕ ਦਿਵਾਉਣ ਦੇ ਵਿੱਚ ਅਤੇ ਉਹਨੂੰ ਜਸਟਿਸ ਦਿਵਾਉਣ ਦੇ ਵਿੱਚ।